राम साहब है जी। अज तो 11 साल पहला मैं अपेंडिक्स ऑपरेशन किया, मैं पैसा नहीं सीगा ते कहता मेरे पास देने के लिए कुछ नहीं है। मैंने इसको कहा भी जब तेरे पास पैसे हों तो आ जाना, दोबारा दे जाना। सो 11 साल बाद यह हरिद्वार तो दोबारे अपना जिहड़ा इहनूं लग्गिया भी इहदे सिर ते कर्जा है उलाहण लई आया मेरे कोल। ਇਹ ਵਾਇਰਲ ਵੀਡੀਓ ਤੁਸੀਂ ਵੀ ਜ਼ਰੂਰ ਵੇਖੀ ਹੋਵੇਗੀ, ਕਹਾਣੀ ਵੀ ਸਮਝ ਆ ਗਈ ਹੋਵੇਗੀ। ਇਸ ਦੇ ਦੋ ਪਾਤਰ ਨੇ ਡਾਕਟਰ ਭਗਵੰਤ ਸਿੰਘ ਤੇ ਰਾਮ ਸਹਾਈ। 11 ਸਾਲ ਪਹਿਲਾਂ ਰਾਮ ਸਹਾਈ ਨੇ ਆਪਰੇਸ਼ਨ ਕਰਵਾਇਆ ਸੀ, ਉਦੋਂ ਪੈਸੇ ਨਹੀਂ ਸੀ। ਡਾਕਟਰ ਭਗਵੰਤ ਸਿੰਘ ਨੇ ਨੇਕ ਦਿਲੀ ਵਿਖਾ ਮੁਫਤ ਆਪਰੇਸ਼ਨ ਕੀਤਾ ਤੇ ਰਾਮ ਸਹਾਈ ਨੇ ਵੀ ਇਹ ਗੱਲ ਭੁਲਾਈ ਨਹੀਂ ਤੇ ਪਹੁੰਚ ਕੇ ਹਰਿਦੁਆਰ ਤੋਂ ਪਟਿਆਲਾ ਫੀਸ ਦੇਣ ਦੇ ਲਈ। ਮੈਂ ਇੱਕ 11 साल पहला एक पेशेंट मेरे को आया सी, उहदे कोल कोई पैसा नहीं सी, उहदा डायग्नोसिस दर्द नाल आया सी, बहुत ज़्यादा डायग्नोसिस उहदा अपेंडिक्स सीगा। सो उहदा उस टाइम ऑपरेशन किया गया सी, उहदे कोल कोई पैसा नहीं सी ना उदों लिता गया सी, ते उहनूं फ्री असी इलाज किया सीगा। पर मैं अपनी जिहड़ा इलाज किया वह साडी एक पॉलिसी है भी जे किसी कोल पैसे नहीं हुंदे असी उहनूं ऐहीं इलाज कर दिंदे, क्योंकि ਕਿਸੇ ਕੋਲ ਪੈਸੇ ਤੋਂ ਬਗੈਰ ਉਹਨੂੰ ਇਲਾਜ ਦਾ ਵੱਲੋਂ ਉਹਨੂੰ ਸਫ਼ਰ ਨਹੀਂ ਕਰਨਾ ਚਾਹੀਦਾ, ਮੇਰੀ ਪਾਲਿਸੀ ਹੈ। ਡਾਕਟਰ ਸਾਹਿਬ ਨੂੰ ਫੀਸ ਦੇਣ ਲਈ ਰਾਮ ਸਹਾਈ 2 ਦਿਨ ਹਸਪਤਾਲ ਦੇ ਚੱਕਰ ਲਗਾਉਂਦੇ ਰਹੇ, ਕਿਉਂਕਿ ਸ਼ਨੀਵਾਰ ਤੇ ਐਤਵਾਰ ਭਗਵੰਤ ਸਿੰਘ ਪਟਿਆਲਾ 'ਚ ਨਹੀਂ ਸਨ ਅਤੇ ਆਖਿਰਕਾਰ ਸੋਮਵਾਰ ਨੂੰ ਦੋਵਾਂ ਦੀ ਮੁਲਾਕਾਤ ਹੋਈ ਅਤੇ ਇਹ ਤਸਵੀਰ ਬੇਹੱਦ ਭਾਵੁਕ ਕਰ ਦੇਣ ਵਾਲੀ ਸੀ, ਕਿਉਂਕਿ ਕਿਸੇ ਵੇਲੇ ਪੰਜਾਬ 'ਚ ਮਜ਼ਦੂਰੀ ਕਰਨ ਵਾਲੇ ਰਾਮ ਸਹਾਈ ਖਾਸ ਹਰਿਦੁਆਰ ਤੋਂ ਪੰਜਾਬ ਇਸ ਫੀਸ ਨੂੰ ਚੁਕਾਉਣ ਆਏ ਸੀ। ਮੈਂ ਉਸ ਤੋਂ ਕੁਛ ਵੀ ਨਹੀਂ ਲਿੱਤਾ, ਪਰ ਉਹਦਾ ਆਉਣਾ ਅਤੇ ਉਹ ਪੈਸੇ ਔਫਰ ਕਰਨਾ ਉਹ 'ਚ ਕਿੰਨਾ ਅਮਾਊਂਟ ਸੀ ਉਹਦਾ ਕੋਈ ਮੁੱਲ ਨਹੀਂ ਹੈਗਾ। ਜੇ ਉਹ ਚੀਜ਼ ਉਹਦੀ ਸਮਰੱਥਾ ਤੋਂ ਕਿਤੇ ਵੱਧ ਸੀ। ਦੂਜੀ ਗੱਲ ਜਿਹੜੀ ਉਹਨੇ 11 ਸਾਲ ਆਪਣੇ ਦਿਲ 'ਚ ਇਹ ਰੱਖਿਆ, ਯਾਦ ਰੱਖਿਆ ਵੀ ਮੈਂ ਕਿਸੇ ਦਾ ਕੋਈ ਕਰਜ਼ਾ ਹੈ ਜਾਂ ਮੈਂ ਉਹਦਾ ਕੋਈ ਆਸਾਨ ਹੈ ਜਿਹੜਾ ਵਾਪਸ ਕਰਨਾ, ਉਹਦੇ ਕਰਕੇ ਉਹਦਾ ਕੋਈ ਮੁੱਲ ਨਹੀਂ ਸੀ। ਉਹ ਮੇਰੇ ਲਈ ਬਹੁਤ ਵੱਡੀ ਬਹੁਮੁੱਲੀ ਚੀਜ਼ ਸੀ। ਇਹ ਹਰਿਦੁਆਰ ਦਾ ਰਹਿਣ ਵਾਲਾ ਹੈ, ਕਿਉਂਕਿ ਪਹਿਲਾਂ ਤਾਂ ਇੱਥੇ ਹੀ ਸੀ ਉਹ, ਕਿਤੇ ਮਜ਼ਦੂਰੀ ਕਰਦਾ ਸੀ, ਪਰ ਹੁਣ ਜਦੋਂ ਆ ਕੇ ਦੱਸਿਆ ਵੀ ਮੈਂ ਹਰਿਦੁਆਰ ਤੋਂ ਸਪੈਸ਼ਲ ਦੇ ਕੇ ਦੇਣ ਆਇਆ ਤੁਹਾਡੀ ਫੀਸ, ਉਹਦੇ ਕੋਲ ਇੱਕ ਕ੍ਰਿਸ਼ਨ ਜੀ ਦੀ ਮੂਰਤੀ ਸੀ, ਉਹ ਕਹਿੰਦਾ ਵੀ ਮੈਂ ਇਹਦੀ ਆਸਥਾ ਕਰਦਾ, ਇਹ ਮੇਰੇ ਭਗਵਾਨ ਹੈ ਅਤੇ ਮੈਂ ਇਹਨਾਂ ਨੂੰ ਜਾ ਕੇ ਜਵਾਬ ਦੇਣਾ ਹੈ। ਸੋ ਮੈਂ ਤਾਂ ਕਰਕੇ ਤੁਹਾਡੇ ਕੋਲ ਇਹ ਪੈਸੇ ਦੇਣ ਆਇਆ। ਬੰਦੇ ਦੀ ਇੰਨੀ ਜ਼ਿਆਦਾ ਭਗਵਾਨ 'ਚ ਉਹਦੀ ਉਹ ਸੀ, ਨਿਸ਼ਠਾ ਸੀ ਵੀ ਉਹਨੂੰ ਹਰ ਟਾਈਮ ਯਾਦ ਰਹੀ। ਡਾਕਟਰ ਸਾਹਿਬ ਨੇ ਰਾਮ ਸਹਾਈ ਤੋਂ 11 ਸਾਲ ਬਾਅਦ ਵੀ ਪੈਸੇ ਨਹੀਂ ਲਏ ਤੇ ਕਹਾਣੀ ਨੇਕ ਦਿਲੀ ਦੀ ਮਿਸਾਲ ਬਣ ਗਈ ਹੈ। ਰਾਮ ਸਹਾਈ ਜਿਸਨੇ ਡਾਕਟਰ ਦੀ ਮਦਦ ਨੂੰ ਕਦੇ ਭੁਲਾਇਆ ਨਹੀਂ, ਆਰਥਿਕ ਹਾਲਾਤ ਭਾਵੇਂ ਮਾੜੇ ਨੇ ਪਰ ਔਖੇ ਵੇਲੇ ਕਿਤੇ ਮਦਦ ਦਾ ਮੁੱਲ ਚੁਕਾਉਣ ਆਏ ਤੇ ਹੁਣ ਜਿੱਥੇ ਡਾਕਟਰਸ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਉਸ ਦੀ ਜਿਉਂਦੀ ਜਾਗਦੀ ਉਦਾਹਰਨ ਭਗਵਾਨ ਸਿੰਘ ਨੇ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਕੁਛ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ।